हाँ जी दोस्तों, सत श्री अकाल। हाजिर हाँ जी अज दियां 10 मुख खबरां लेके। पहली खबर जिहड़ी है वह भगता भाईका तो है, जिथे अग लगन नाल 21 एकड़ कणक सड़ के सवाह हो गई है। पिंड हमीरगढ़ के खेतों में अचानक अग लग गई, जिदे चलते लगभग 21 एकड़ कणक सड़ी है। इस तों इलावा 4.5 एकड़ कणक का नाड़ अते एक स्वराज 855 ट्रैक्टर भी अग की लपेट में आ गया। लोगों ने लंबी जदोजहद तो उपरंत अग दे काबू पाया। जानकारी मुताबक उक्त घटना ट्रैक्टर चो अचानक अग दियां चंगियाड़ियां निकलन कारण वापरी है। घटना दौरान पिंड हमीरगढ़ के किसान सुखमंदर सिंह पुत्र दर्शन सिंह की 4 किले कणक, गुरचरण सिंह पुत्र सरवण सिंह की 2 किले कणक, परमजीत सिंह पुत्र करनैल सिंह की 5.5 एकड़ कणक, दलीप सिंह पुत्र नाजर सिंह की 3 किले, पिंड जलाल के किसान दलीप सिंह पुत्र गुरनाम सिंह की 7 किले कणक सड़ के सवाह हुई है। जदों कि इस घटना के दौरान बलदीप सिंह पुत्र बलवीर सिंह वासी जलाल का 4.5 एकड़ नाड़ सड़िया। इस घटना के दौरान स्वराज 855 ट्रैक्टर भी अग की लपेट में आके बुरी तरह नुकसानिया गया है। तो फायर ब्रिगेड की गड्डी काफ़ी दूरी तो आने दे करके देरी नाल पहुंची। जिक्र योग यह भी है कि बीते दिन भी भाई बहलो सेवा सुसायटी भगता भाई वालों बनाई गई मिनी फायर ब्रिगेड कणक ते काबू अग ते काबू पाउण लई काफ़ी लाहेवंद साबित हुई। गल पंजाब दी अगे शराब दी विक्री बारे, मुख्यमंत्री कैप्टन अमरिंदर सिंह ने केंद्र तो सूबे नूं शराब दी विक्री लई पड़ावार इजाजत देण दी मंग कीती है, तां कि वैट अते आबकारी मालिया जुटाया जा सके। कुछ इलाकों विच शराब वेचण दी खुल देण नाल सूबे नूं 521 करोड़ रुपए आमदन होवेगी। ते शराब की विक्री बंद होने कारण सूबे नूं रोजाना 17 करोड़ रुपए तो वध दा नुकसान हो रहा है। गल करफ्यू दे चलदे मंडियां दी, मंडियां विच इन्नी दिनी जिहड़ी करोना महामारी दे नाल नाल लेबर दी जिहड़ी समस्या एक बारी खड़ी हो गई सी, पर इस तों निजात मिली है। ते आढ़तियां ने इस दा जिहड़ा काफ़ी वधिया प्रबंध भी करन दी कोशिश की है, जिस दे चलदे हुण मंडियां दे विच ਵਿਆਹਾਂ ਸ਼ਾਦੀਆਂ ਵਿੱਚ ਜਾਣ ਵਾਲੇ ਵੇਟਰਾਂ ਅਤੇ ਬੈਂਡ ਮਾਸਟਰਾਂ ਨੇ ਸੰਭਾਲ ਲਏ ਨੇ ਮੋਰਚੇ। ਰਕਸ਼ਿਆਂ ਵਾਲੇ ਅਤੇ ਮਿਸਤਰੀ ਵੀ ਆੜਤੀਆਂ ਕੋਲ ਕੰਮ ਲੱਗੇ ਨੇ ਅਤੇ ਰੁਜ਼ਗਾਰ ਮਿਲਣ ਕਾਰਨ ਉਹ ਕਾਫ਼ੀ ਖੁਸ਼ ਵੀ ਨੇ। ਅਤੇ ਅਨਾਜ ਮੰਡੀਆਂ ਵਿੱਚ ਆਮ ਕਰਕੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ, ਪਰ ਲੋਕਡਾਊਨ ਕਾਰਨ ਬਹੁਤੇ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਵਾਪਸ ਚਲੇ ਗਏ ਨੇ, ਜਿਸ ਕਰਕੇ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਹੋਰ ਧੰਦਿਆਂ ਨਾਲ ਸੰਬੰਧਿਤ ਵਿਅਕਤੀਆਂ ਨੇ ਮੋਰਚੇ ਸਾਂਭਲੇ ਨੇ, ਜਿਨ੍ਹਾਂ ਦੇ ਵਿੱਚ ਰਾਜ ਮਿਸਤਰੀ, ਪੇਂਟਰ, ਵੇਟਰ, ਬੈਂਡ ਮਾਸਟਰ, ਕੁੱਕ, ਰਿਕਸ਼ਾ ਚਾਲਕ ਅਤੇ ਹੋਰ ਦਿਹਾੜੀ ਦੱਪਾ ਕਰਨ ਵਾਲੇ ਲੋਕ ਸ਼ਾਮਲ ਨੇ। ਪਹਿਲਾਂ ਲੱਗ ਰਿਹਾ ਸੀ ਕਿ ਪੱਕੀ ਲੇਬਰ ਦੇ ਚਲੇ ਜਾਣ ਕਾਰਨ ਮੰਡੀਆਂ ਦੇ ਕੰਮ 'ਚ ਖੜੋਤ ਆ ਜਾਵੇਗੀ, ਪਰ ਇਹਨਾਂ ਲੋਕਾਂ ਨਾਲ, ਇਹਨਾਂ ਵਰਗਾਂ ਨਾਲ ਜੁੜੇ ਮਜ਼ਦੂਰਾਂ ਵੱਲੋਂ ਮੰਡੀਆਂ ਵਿੱਚ ਮੋਰਚੇ ਸੰਭਾਲਣੇ ਨਾਲ ਮੰਡੀ ਦੇ ਕੰਮ ਪਹਿਲਾਂ ਵਾਂਗ ਹੀ ਹੋ ਰਹੇ ਨੇ ਅਤੇ ਇਸ ਕੰਮ ਦੀ ਅਦਾਇਗੀ ਵੀ ਆੜਤੀਆਂ ਨੇ ਕਰਨੀ ਹੁੰਦੀ ਹੈ, ਜਿਨ੍ਹਾਂ ਵਿੱਚੋਂ ਲੇਬਰ ਦੀ ਤੋਟ ਕਾਰਨ ਕਈਆਂ ਨੇ ਤਾਂ ਅਗਾਊਂ ਵੀ ਅਦਾਇਗੀ ਕਰ ਦਿੱਤੀ ਹੈ। ਮਜ਼ਦੂਰਾਂ ਦਾ ਕਹਿਣਾ ਸੀ ਕਿ ਆਪ ਕਮਾ ਕੇ ਖਾਣ ਦਾ ਨਜ਼ਾਰਾ ਹੀ ਵੱਖਰਾ ਹੈ, ਅਤੇ ਕਈਆਂ ਨੇ ਆਖਿਆ ਕਿ ਘਰ ਵਿਹਲੇ ਬਹਿ ਕੇ ਕਲੇਸ਼ ਵੱਧ ਰਹੇ ਸਨ। ਪਟਿਆਲਾ ਮੰਡੀ 'ਚ ਇੱਕ ਆੜ੍ਹ ਦੀ ਦੁਕਾਨ 'ਤੇ ਸੋਨੂ ਅਤੇ ਰਾਮੂ ਕੰਮ ਕਰਦੇ ਨੇ, ਜਿਹੜੇ ਈ ਰਿਕਸ਼ਾ ਚਲਾਉਂਦੇ ਨੇ। ਪ੍ਰਕਾਸ਼ ਹੋਟਲ 'ਚ ਤੰਦੂਰ 'ਤੇ ਰੋਟੀਆਂ ਲਾਉਂਦਾ ਰਿਹਾ ਅਤੇ ਉਸ ਨਾਲ ਕੁਝ ਵੇਟਰ ਵੀ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ, ਅਤੇ ਪੱਪੂ ਕਾਰਾਂ ਸਾਫ਼ ਕਰਦਾ ਰਿਹਾ। ਅਤੇ ਪਟਿਆਲਾ ਮੰਡੀ ਵਿੱਚ ਹੀ ਬੋਰੀਆਂ ਭਰਦੇ ਅਤੇ ਤੋਲਦੇ ਮਨੋਜ ਥਾਪਰ, ਕੁੱਲੂ ਸ਼ੰਕਰ ਅਤੇ ਸੂਰਜ ਹੋਣਾ ਦਾ ਕਹਿਣਾ ਕਿ ਇਸ ਮੰਡੀ ਵਿੱਚ 100 ਤੋਂ ਵੀ ਵੱਧ ਵੇਟਰ ਕੰਮ ਕਰ ਰਹੇ ਨੇ। ਇਹ ਸਾਰੇ ਜਣੇ ਭਰਾਈ, ਸਿਲਾਈ ਅਤੇ ਤਲਾਈ ਦੇ ਕੰਮ ਨੂੰ ਲੱਗੇ ਹੋਏ ਨੇ ਅਤੇ ਫਟਾਫਟ ਕੰਮ ਨਿਪਟਾ ਰਹੇ ਨੇ। ਮਹਿਮੂਦਪੁਰ ਮੰਡੀ ਵਿੱਚ ਵੀ ਬੈਂਡ ਵਜਾਉਣ ਵਾਲੀ ਟੀਮ ਦੇ ਕਈ ਮੈਂਬਰ ਕੰਮ ਕਰਦੇ ਪਏ ਨੇ। ਬੈਂਡ ਮਾਸਟਰ ਗੁਰਦਿੱਤ ਨੇ ਆਖਿਆ ਕਿ ਮੰਡੀ ਦਾ ਕੰਮ ਬੜਾ ਔਖਾ ਹੈ, ਪਰ ਭੁੱਖੇ ਮਰਨ ਨਾਲੋਂ ਤਾਂ ਠੀਕ ਹੈ। ਇਸੇ ਤਰ੍ਹਾਂ ਸਨੌਰ ਮੰਡੀ ਵਿੱਚ ਵੀ ਆੜ੍ਹਤੀ ਹਰਜਿੰਦਰ ਹਰੀਕੇ ਦੀ ਦੁਕਾਨ 'ਤੇ ਕੰਮ ਕਰ ਰਿਹਾ ਸਰਜੀਤਾ ਸਬਜ਼ੀ ਦੀ ਰੇਹੜੀ ਲਾਉਂਦਾ ਸੀ ਅਤੇ ਅੰਗਦ ਸਫੈਦੀ ਦਾ ਕਾਰੋਬਾਰ ਕਰਦਾ ਸੀ। ਸਨੌਰ ਰੋਡ ਮੰਡੀ 'ਚ ਮਿਲਿਆ ਕਾਲਾ ਟਰੈਕਟਰਾਂ ਦੀ ਮੰਮਦ ਕਰਦਾ ਅਤੇ ਹੁਣ ਮੰਡੀਆਂ 'ਚ ਡਟਿਆ ਹੋਇਆ। ਇਹ ਸਾਰੇ ਜਣੇ ਮੰਡੀ ਦਾ ਕੰਮ ਔਖੇ ਸੌਖੇ ਹੋ ਕੇ ਕਰ ਰਹੇ ਨੇ, ਪਰ ਹੈਣ ਬਹੁਤ ਖੁਸ਼। ਇਸ ਦੇ ਨਾਲ ਹੀ ਪਿਛਲੇ ਦਿਨੀ ਜਿਹੜੀ ACP ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ 'ਚ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟਿਆ। ਜਿਵੇਂ ਇੱਕ 76 ਜਿਹੜੇ ਸਵਰਗੀ ਗਾਇਕ ਨੇ, ਪੰਜਾਬੀ ਦੇ, ਉਹਨਾਂ ਦਾ ਗੀਤ ਸੀ ਮਰੇ ਨਾ ਕਿਸੇ ਦਾ ਪਤੀ ਪਰਵਦਗਾਰ।
ਇਹੀ ਘਟਨਾ ਜਿਹੜੀ ਹੈ, ਇਸ ਤਰ੍ਹਾਂ ਦੀ ਘਟਨਾ ਕੋਰੋਨਾ ਵਾਇਰਸ ਦੇ ਚੱਲਦੇ ACP ਦੇ ਪਰਿਵਾਰ ਨਾਲ ਵਾਪਰੀ ਹੈ। ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਲੁਧਿਆਣਾ ਦੇ ACP ਦੀ ਪਤਨੀ 'ਤੇ ਦੁੱਖਾਂ ਦਾ ਪਹਾੜ ਟੁੱਟਿਆ। ਉਹ ਇਸ ਸਮੇਂ ਜ਼ਿੰਦਗੀ ਦੇ ਸਭ ਤੋਂ ਮਾੜੇ ਦੌਰ 'ਚੋਂ ਨਿਕਲ ਰਹੀ ਹੈ। ਖੁਦ ਕੋਰੋਨਾ ਵਾਇਰਸ ਪੋਜ਼ਿਟਿਵ ਆਉਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਅਤੇ ਸਾਰੀ ਜ਼ਿੰਦਗੀ ਪਤੀ ਨਾਲ ਗੁਜ਼ਾਰਨ ਤੋਂ ਬਾਅਦ ਆਖਰੀ ਸਮੇਂ ਉਸਦਾ ਮੂੰਹ ਤੱਕ ਨਹੀਂ ਵੇਖ ਸਕੀ। ਹੁਣ ਹਾਲਤ ਇਹ ਹਨ ਕਿ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਹਸਪਤਾਲ ਵਿੱਚ ਉਸਦਾ ਇਲਾਜ ਕਰਨ ਦੀ ਥਾਂ 'ਤੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਇਸ ਦਾ ਖੁਲਾਸਾ ਉਸਦੇ ਪਤੀ ਦੇ ਦੋਸਤ ਅਤੇ ਉਸਦੇ ਭਰਾ ਬਣੇ ਫਤਿਹਗੜ੍ਹ ਸਾਹਿਬ ਦੇ ਵਾਸੀ ਸ਼ਾਹਬਾਜ਼ ਸਿੰਘ ਨੇ ਕੀਤਾ। ਉਹਨਾਂ ਨੇ ਦੋਸ਼ ਲਾਇਆ ਕਿ ਹਸਪਤਾਲ ਵਿੱਚ ACP ਦੀ ਪਤਨੀ ਦੇ ਇਲਾਜ ਦੀ ਥਾਂ 'ਤੇ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ। ਪਤੀ ਦੀ ਮੌਤ ਤੋਂ ਬਾਅਦ ਔਰਤ ਨੂੰ ਮਾਨਸਿਕ ਮਦਦ ਦੀ ਲੋੜ ਹੁੰਦੀ ਹੈ, ਪਰ ਹਸਪਤਾਲ ਵਾਲਿਆਂ ਨੇ ਉਸ ਕੋਲੋਂ ਮੋਬਾਈਲ ਤੱਕ ਵੀ ਖੋਹ ਲਿਆ ਅਤੇ ਹੁਣ ਉਸਦਾ ਪਰਿਵਾਰ ਨਾਲੋਂ ਸੰਪਰਕ ਟੁੱਟ ਗਿਆ। ਫੇਸਬੁੱਕ 'ਤੇ ਲਾਈਵ ਹੋ ਕੇ ਸ਼ਾਹਬਾਜ਼ ਸਿੰਘ ਨੇ ਮੁੱਖ ਮੰਤਰੀ, ਪੰਜਾਬ ਪੁਲਿਸ ਮੁਖੀ ਅਤੇ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ACP ਦੀ ਪਤਨੀ ਦਾ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਕਿ ਔਰਤ ਦੇ ਪਤੀ ਦੀ ਮੌਤ ਹੋ ਗਈ ਹੈ ਅਤੇ ਹੁਣ ਉਹ ਬਿਲਕੁਲ ਇਕੱਲੀ ਹੈ, ਉਸ ਨਾਲ ਕੋਈ ਦੁੱਖ ਨਹੀਂ ਸਾਂਝਾ ਕਰ ਰਿਹਾ। ਹਸਪਤਾਲ ਵਿੱਚ ਸਟਾਫ ਦਾ ਵਤੀਰਾ ਵੀ ਚੰਗਾ ਨਹੀਂ, ਉਹ ਇਕੱਲੇਪਣ ਦਾ ਸ਼ਿਕਾਰ ਹੋ ਰਹੀ ਹੈ। ਉਹਨੇ ਆਖਿਆ ਕਿ ACP ਦੀ ਪਤਨੀ ਪੋਜ਼ਿਟਿਵ ਆਉਣ ਮਗਰੋਂ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਉੱਥੇ ਆਪਣੇ ਬੱਚੇ ਨਾਲ ਮੋਬਾਈਲ ਜ਼ਰੀਏ ਵੀਡੀਓ ਕਾਲ ਕਰ ਲੈਂਦੀ ਸੀ, ਪਰ ਬੀਤੇ ਦਿਨੀ ਹਸਪਤਾਲ ਵਾਲਿਆਂ ਨੇ ਉਸ ਕੋਲੋਂ ਮੋਬਾਈਲ ਵੀ ਖੋਹ ਲਿਆ। ਉੱਧਰ ਜਿਹੜੇ SHO ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਸੀ ਉਸ ਦੀ ਗੱਲ ਕਰਦੇ ਹਾਂ। ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਪੀੜਿਤ ਹੋਣ ਤੋਂ ਬਾਅਦ ਉਹਨਾਂ ਦੇ ਕੀਤੇ ਜਾ ਰਹੇ ਇਲਾਜ ਵਿੱਚ ਵਿਤਕਰਾ ਸਾਹਮਣੇ ਆਇਆ। ਲੁਧਿਆਣੇ ਵਿੱਚ ACP ਅਨਿਲ ਕੋਹਲੀ ਦੇ ਸੰਪਰਕ ਵਿੱਚ ਆਉਣ ਵਾਲੀ ਥਾਣਾ ਬਸਤੀ ਜੋਧੇਵਾਲ ਦੀ SHO ਦੇ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਦਾ ਇਲਾਜ ਸ਼ਹਿਰ ਦੇ DMC ਹਸਪਤਾਲ ਵਿੱਚ ਕਰਵਾਇਆ ਜਾ ਰਿਹਾ, ਪਰ SHO ਦੇ ਡਰਾਈਵਰ ਦੇ ਪੋਜ਼ਿਟਿਵ ਆਉਂਦੇ ਹੀ ਸਿਹਤ ਵਿਭਾਗ ਨੇ ਉਸ ਨੂੰ ਚੰਡੀਗੜ੍ਹ ਰੋਜ਼ ਸਥਿਤ ਜੱਚਾ ਬੱਚਾ ਸਰਕਾਰੀ ਹਸਪਤਾਲ ਅਤੇ ਫਿਰ ਆਈਸੋਲੇਟਡ ਵਾਰਡ ਵਿੱਚ ਭਰਤੀ ਕਰਵਾ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ 'ਚ ਪ੍ਰਤੀ ਵਿਦਿਆਰਥੀ ਹੁਣ $500 ਗ੍ਰਾਂਟ ਮਿਲੇਗੀ। ਸਰਕਾਰ ਨੇ ਕੌਮਾਂਤਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਹ ਫੰਡ ਜਾਰੀ ਕੀਤਾ ਅਤੇ ਆਸਟ੍ਰੇਲੀਆ ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ। ਕਣਕ ਖਰੀਦ ਦੇ ਨਵੇਂ ਤਜਰਬਿਆਂ ਬਾਰੇ ਸਰਦਾਰ ਸਿੰਘ ਜੌਹਲ ਜਿਹੜੇ ਨੇ ਖੇਤੀ ਵਿਗਿਆਨੀ, ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ 4 ਖਰੀਦ ਏਜੰਸੀਆਂ ਮਾਰਕਫੈੱਡ, ਪਾਣਗ੍ਰੇਨ, ਪਣਸਪ ਅਤੇ ਵੇਅਰ ਹਾਊਸਿੰਗ ਸਮੇਤ ਕੇਂਦਰ ਦੀ ਅਨਾਜ ਨਿਗਮ ਵੱਲੋਂ ਸੂਬੇ ਦੀ ਸੰਭਾਵੀ 182 ਲੱਖ ਟਨ ਦੀ ਕੁੱਲ ਪੈਦਾਵਾਰ 'ਚੋਂ ਰਿਕਾਰਡ 135 ਲੱਖ ਟਨ ਕਣਕ ਦੀ ਖਰੀਦ ਦੀ ਧੀਮੀ ਚਾਲ ਅਤੇ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਨਵੇਂ ਤਜਰਬੇ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਅਪ੍ਰੈਲ ਮਹੀਨੇ ਬੇਮੌਸਮੀ ਬਾਰਿਸ਼, ਕੰਬਾਈਨਾਂ ਦੀ ਕਮੀ ਉੱਤੋਂ ਪਾਸ ਅਤੇ ਟੋਕਨ ਸਿਸਟਮ ਨੇ ਸੂਬੇ ਦੇ 15-20 ਲੱਖ ਕਿਸਾਨਾਂ ਨੂੰ ਕੋਰੋਨਾ ਵਾਇਰਸ ਦੇ ਭੂਤ ਤੋਂ ਡਰਾ ਕੇ ਨਾਕੇ ਦੌਰਾਨ ਰਾਤ ਨੂੰ ਪਿੰਡ 'ਚ ਨਾ ਦਾਖਲ ਹੋਣ ਦੇਣ 'ਤੇ ਗੋਲੀ ਮਾਰ ਕੇ ਕਰ ਦਿੱਤਾ ਗਿਆ ਕਤਲ। ਇਹ ਖਬਰ ਅੱਜ ਦੀਆਂ ਅਖਬਾਰਾਂ ਦੀ ਸੁਰਖੀ ਬਣੀ ਹੋਈ ਹੈ। ਮਖੂ ਬਲਾਕ ਦੇ ਪਿੰਡ ਕਿੱਲੀ ਬੋਦਲਾ ਵਿੱਚ ਪ੍ਰਸ਼ਾਸਨ ਦੀ ਕਰਫਿਊ ਦੌਰਾਨ ਪਿੰਡ ਵਿੱਚ ਨਾਕਾ ਲਾ ਕੇ ਮਦਦ ਕਰਨ ਦਾ ਖਮਿਆਜ਼ਾ ਨੌਜਵਾਨ ਕਿਸਾਨ ਨੂੰ ਆਪਣੀ ਜਾਨ ਗਵਾ ਕੇ ਭੁਗਤਣਾ ਪਿਆ। ਮਾਮਲਾ ਇੱਕ ਬਦਮਾਸ਼ ਦਾ ਪਿੰਡ 'ਚ ਨਜਾਇਜ਼ ਸਬੰਧਾਂ ਅਤੇ ਨਸ਼ਾ ਤਸਕਰੀ ਦਾ ਦੱਸਿਆ ਜਾ ਰਿਹਾ ਸੀ। ਚਸ਼ਮਦੀਦਾਂ ਅਨੁਸਾਰ ਬਲੈਰੋ ਕੈਂਪਰ ਗੱਡੀ ਸਵਾਰ ਕਸਬਾ ਹਰੀਕੇ ਨਾਲ ਸੰਬੰਧਿਤ ਨਸ਼ਾ ਤਸਕਰ ਬਦਮਾਸ਼ਾਂ ਨੂੰ ਦੇਰ ਰਾਤ ਪਿੰਡ ਵਾਸੀਆਂ ਵੱਲੋਂ ਨਾਕੇ 'ਤੇ ਰੋਕ ਕੇ ਲੌਕਡਾਊਨ ਦੇ ਬਾਵਜੂਦ ਰਾਤ ਵੇਲੇ ਪਿੰਡ ਆਉਣ ਬਾਬਤ ਪੁੱਛੇ ਜਾਣ ਲਈ ਰੋਕਿਆ ਗਿਆ ਸੀ। ਇਸੇ ਦੌਰਾਨ ਹੀ ਉਹਨਾਂ ਦੇ ਵਿੱਚੋਂ ਰਾਜਵੀਰ ਸਿੰਘ, ਲਖਵਿੰਦਰ ਸਿੰਘ ਬਿੱਲਾ, ਅਣਪਛਾਤੀ ਗੱਡੀ ਚਾਲਕ ਵਾਸੀ ਹਰੀਕੇ ਅਤੇ ਉਹਨਾਂ ਦੇ ਸਹਿਯੋਗੀ ਜਿਹੜੇ ਨੇ ਉਹਨਾਂ ਦੇ ਨਾਲ ਅਤੇ ਉਸਦੀ ਲੜਕੀ ਰਜਿੰਦਰ ਵਾਸੀਆਂ ਨੇ ਕਿੱਲੀ ਬੋਦਲਾਂ ਨੇ ਬਦਮਾਸ਼ਾਂ ਨਾਲ ਰਲ ਕੇ ਲਲਕਾਰਾ ਮਾਰਦਿਆਂ ਨਾਕੇ ਵਾਲੇ ਨੌਜਵਾਨਾਂ ਨੂੰ ਘੇਰਾ ਪਾ ਲਿਆ। ਇਸੇ ਦੌਰਾਨ ਹੀ ਗੱਡੀ ਵਿੱਚੋਂ ਨਿਕਲ ਕੇ ਇੱਕ ਬੰਦੇ ਨੇ ਪਿਸਟਲ ਨਾਲ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੋਲੀਬਾਰੀ ਵਿੱਚ 25 ਸਾਲਾ ਨੌਜਵਾਨ ਕਿਸਾਨ ਜੱਜ ਸਿੰਘ ਪੁੱਤਰ ਅਜੈਬ ਸਿੰਘ ਦੀ ਛਾਤੀ ਵਿੱਚ 2 ਗੋਲੀਆਂ ਲੱਗੀਆਂ। ਉਸ ਨੂੰ ਬਚਾਉਣ ਆਏ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਅਵਤਾਰ ਸਿੰਘ ਨੂੰ ਵੀ 2 ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਮਖੂ ਦੇ ਮੈਡੀਕੇਅਰ ਹਸਪਤਾਲ ਵਿਖੇ ਲਿਆਂਦਾ ਗਿਆ, ਪਰ ਹਾਲਤ ਨਾਜ਼ੁਕ ਹੋਣ 'ਤੇ ਡਾਕਟਰਾਂ ਨੇ ਦੋਹਾਂ ਨੂੰ ਮੋਗਾ ਭੇਜ ਦਿੱਤਾ, ਜਿੱਥੇ ਇਲਾਜ ਦੌਰਾਨ ਦੇਰ ਰਾਤ ਜੱਜ ਸਿੰਘ ਦੀ ਮੌਤ ਹੋ ਗਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਕੋਵਿਡ ਦੇ ਸੰਕਟ 'ਚੋਂ ਸੂਬਿਆਂ ਨੂੰ ਕੱਢਣ ਲਈ ਦਿੱਤੇ ਗਏ ਨੇ ਸੁਝਾਅ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕੋਵਿਡ-19 ਦੇ ਸੰਕਟ 'ਚੋਂ ਸੂਬਿਆਂ ਨੂੰ ਕੱਢਣ ਲਈ 3 ਨੁਕਾਤੀ ਰਣਨੀਤੀ ਦਾ ਸੁਝਾਅ ਦਿੱਤਾ ਹੈ, ਜਿਸ ਵਿੱਚ 3 ਮਹੀਨਿਆਂ ਦਾ ਵਿਸ਼ੇਸ਼ ਵਿੱਤੀ ਪੈਕੇਜ ਅਤੇ ਵਿੱਤ ਕਮਿਸ਼ਨ ਦੀ ਰਿਪੋਰਟ ਸੌਂਪਣ ਦੇ ਸਮੇਂ 'ਚ ਅਕਤੂਬਰ 2021 ਤੱਕ ਵਾਧਾ ਕਰਨਾ ਸ਼ਾਮਲ ਹੈ। ਹੁਣ ਗੱਲ ਕੱਚੇ ਤੇਲ ਦੀਆਂ ਕੀਮਤਾਂ ਦੀ, ਜਿਨ੍ਹਾਂ ਦੇ ਵਿੱਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ।
ਤੇ ਕੱਚਾ ਤੇਲ $0 ਤੋਂ ਵੀ ਹੇਠਾਂ ਜਿਹੜਾ ਉਸਦੀ ਕੀਮਤ ਆਈ ਹੈ। ਅਤੇ ਇਸ ਦੇ ਨਾਲ ਹੀ ਕਾਂਗਰਸ ਨੇ ਕਿਹਾ ਕਿ ਸਰਕਾਰ ਕਦੋਂ ਸੁਣੇਗੀ ਕੱਚੇ ਤੇਲ ਦੀਆਂ ਕੀਮਤਾਂ 'ਚ ਸੋਮਵਾਰ ਨੂੰ ਮਣਫੀ $37.63 ਪ੍ਰਤੀ ਬੈਰਲ ਤੱਕ ਗਿਰਾਵਟ ਦਰਜ ਕੀਤੀ ਗਈ। ਇਤਿਹਾਸ 'ਚ ਪਹਿਲੀ ਵਾਰੀ ਦਰਜ ਹੋਏ ਇਹ ਗਿਰਾਵਟ ਤਕਰੀਬਨ 305% ਹੈ, ਜਿਸ ਨੂੰ ਆਲਮੀ ਊਰਜਾ ਖੇਤਰ 'ਚ ਵੱਡੇ ਖਤਰੇ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਗਿਰਾਵਟ ਤੋਂ ਬਾਅਦ ਭਾਰਤ 'ਚ ਤੇਜ਼ੀ ਹੋਈ ਸਿਆਸੀ ਸਰਗਰਮੀ ਦੌਰਾਨ, ਜਿੱਥੇ ਵਿਰੋਧੀ ਧਿਰ ਕਾਂਗਰਸ ਇਸ ਗਿਰਾਵਟ ਦਾ ਫਾਇਦਾ ਖਪਤਕਾਰਾਂ ਤੱਕ ਪਹੁੰਚਾਉਣ ਦੀ ਮੰਗ ਕਰ ਰਹੀ ਹੈ, ਜਦੋਂ ਕਿ ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਭਾਰਤ 'ਚ ਤੇਲ ਦੀਆਂ ਕੀਮਤਾਂ ਫੌਰੀ ਅਤੇ ਉਸ ਅਨੁਪਾਤ ਨਾਲ ਨਹੀਂ ਘਟਣਗੀਆਂ। ਗੱਲ ਕੈਨੇਡਾ ਦੀ, ਅਮਰੀਕਾ ਜਾਣ ਵਾਲੀਆਂ ਸਾਰੀਆਂ ਉਡਾਣਾਂ ਜਿਹੜੀਆਂ ਨੇ ਉਹ ਰੱਦ ਕਰੇਗੀ। ਏਅਰ ਕੈਨੇਡਾ ਨੋਵਾ ਸਕੋਸ਼ੀਆ ਵਿੱਚ ਵਾਪਰੇ ਗੋਲੀਕਾਂਡ ਵਿੱਚ ਮਰਨ ਵਾਲੇ ਦੀ ਗਿਣਤੀ ਜਿਹੜੀ ਹੈ ਉਹ 23 ਹੋ ਗਈ ਹੈ। ਅਤੇ ਇਸ ਦੇ ਨਾਲ ਹੀ ਕੈਨੇਡਾ ਗਏ ਹੋਏ ਸ਼ਾਹਬਾਦ ਦੇ 18 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਛੱਕੀ ਹਾਲਤਾਂ ਵਿੱਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਨਵਜੋਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਿਸ਼ਨਗੜ੍ਹ ਰੋਡ ਪੂਜਾ ਕਲੋਨੀ ਸ਼ਾਹਬਾਦ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇੱਕ ਹੋਰ ਖਬਰ ਕੈਨੇਡਾ ਦੀ, ਜਿੱਥੋਂ ਚੈਰਿਟੀ ਦੀ ਮਦਦ ਲਈ $350 million ਜਿਹੜਾ ਉਹ ਦੇਵੇਗੀ ਫੈਡਰਲ ਸਰਕਾਰ, ਇਹ ਟਰੂਡੋ ਸਰਕਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ। ਅਤੇ ਇਸ ਦੇ ਨਾਲ ਹੀ ਰਿਲਾਇੰਸ ਕੰਪਨੀ ਦੀ ਗੱਲ ਕਰਦਿਆਂ, ਫੇਸਬੁੱਕ ਨੇ ਰਿਲਾਇੰਸ ਜੀਓ 'ਚ 43,574 ਕਰੋੜ ਰੁਪਏ ਦੀ ਜਿਹੜੀ ਇਹ ਹਿੱਸੇਦਾਰੀ ਖਰੀਦ ਲਈ ਹੈ। ਅਤੇ ਹੁਣ ਗੱਲ ਪੰਜਾਬੀ ਗਾਇਕ ਹਾਕਮ ਬਖਤੜੀਵਾਲਾ ਦੁਆਰਾ ਦਿੱਤੇ ਬਿਆਨ ਦੀ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਸਮੁੱਚੀ ਮਨੁੱਖਤਾ ਅੱਜ ਕੋਰੋਨਾ ਦੇ ਕਹਿਰ ਕਾਰਨ ਖਤਮ ਹੋਣ ਕੰਢੇ ਹੋਵੇ ਭਾਵੇਂ ਨਾ, ਪਰ ਪੰਜਾਬੀ ਸੰਗੀਤ ਜਗਤ ਦੇ ਸਿਰ 'ਤੇ ਇਹ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ, ਰੱਬ ਖੈਰ ਕਰੇ। ਅਤੇ ਉਹਨਾਂ ਨੇ ਇਹ ਗੱਲ ਅੱਗੇ ਕਹੀ ਹੈ ਕਿ ਹੁਣ ਸ਼ਾਇਦ ਕਈ ਮਹੀਨੇ ਜਾਂ ਉਸ ਤੋਂ ਵੀ ਵੱਧ ਸਮਾਂ ਵਿਆਹ ਸ਼ਾਦੀਆਂ, ਛਿੰਝਾਂ, ਮੇਲਿਆਂ, ਪੰਚਾਇਤੀ ਜਾਂ ਸਰਕਾਰੀ ਸਮਾਗਮਾਂ ਉੱਤੇ ਇਕੱਠ ਨਹੀਂ ਹੋਣਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਾਕਮ ਬਖਤੜੀਵਾਲਾ ਨੇ ਕੀਤਾ। ਉਹਨਾਂ ਆਖਿਆ ਕਿ ਇਹ ਵਿਚਾਰੇ ਕਲਾਕਾਰ ਕੁਝ ਕੁ ਨੂੰ ਛੱਡ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਕਿੱਤੇ ਨਾਲ ਜੁੜੇ ਮੁੰਡੇ ਕੁੜੀਆਂ ਜਾਣਗੇ ਕਿੱਥੇ ਅਤੇ ਖਾਣਗੇ ਕੀ। ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਹਜ਼ਾਰਾਂ ਨਾਲ ਲੱਖਾਂ ਦੀ ਗਿਣਤੀ ਵਿੱਚ ਜੁੜੇ ਗਰੀਬ ਸਜਿੰਦੇ ਮਜੀਸ਼ੀਅਨ ਵੀਰ ਜਿਹੜੇ ਅੱਜ ਹੀ ਪਰੇਸ਼ਾਨ ਹਾਲਤ ਵਿੱਚ ਨੇ, ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਬਣੇਗਾ ਕੀ। ਕਿੰਨੇ ਹੀ ਗੀਤਕਾਰਾਂ, ਮਿਊਜ਼ਿਕ ਡਾਇਰੈਕਟਰਾਂ, ਕਵੀਸ਼ਰਾਂ, ਰਾਗੀਆਂ, ਢਾਡੀਆਂ, ਸਾਊਂਡ ਸਿਸਟਮ, ਡੀਜੇ, ਭੰਗੜੇ ਵਾਲੇ ਅਤੇ ਸੱਭਿਆਚਾਰਕ ਗਰੁੱਪਾਂ ਵਾਲਿਆਂ ਦੇ ਭਵਿੱਖ ਅੱਗੇ ਅੱਜ ਇਹ ਸਵਾਲ ਦੈਂਤ ਵਾਂਗ ਖੜਾ ਹੈ, ਜੋ ਅਜੇ ਹੋਰ ਕਿਸੇ ਨੂੰ ਦਿਸ ਨਹੀਂ ਰਿਹਾ, ਪਰ ਸਮਾਂ ਬਹੁਤ ਭਿਆਨਕ ਆ ਸਕਦਾ। ਅਤੇ ਹਉਮੈ 'ਚ ਗੁਲਤਾਨ ਹੰਕਾਰੀ ਲੋਕ ਅੱਜ ਤੱਕ ਕੁਝ ਕਰ ਤਾਂ ਨਹੀਂ ਸਕੇ, ਪਰ ਜੇਕਰ ਹੁਣ ਵੀ ਵਕਤ ਨਾ ਵਿਚਾਰਿਆ ਤਾਂ ਉਹ ਕਹਿੰਦੇ ਨੇ ਕਿ ਇਹ ਦਾਅਵਾ ਹੈ ਕਿ ਬੜੇ ਫਕਰ ਨਾਲ ਕਹਿ ਸਕਦੇ ਹਾਂ ਕਿ ਇਤਿਹਾਸ ਦੇ ਪੰਨਿਆਂ 'ਚ ਗਰਕ ਹੋਣ ਵਾਲੀਆਂ ਕੌਮਾਂ ਵਿੱਚ ਸਾਡਾ ਨਾਮ ਪਹਿਲੇ ਸਥਾਨ 'ਤੇ ਹੋਵੇਗਾ। ਹੋਕਾ ਦੇਣਾ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਆਖਿਆ ਕਿ ਜੇ ਕੁਝ ਘੜਮ ਚੌਧਰੀਆਂ ਨੂੰ ਉਹਨਾਂ ਦੀ ਗੱਲ ਚੁੱਭੇ, ਨਾ ਤਾਂ ਕਿਸੇ ਨੇਕ ਇਨਸਾਨ ਦੀ ਅਗਵਾਈ ਹੇਠ ਰਾਜ ਅਤੇ ਕੇਂਦਰੀ ਸਰਕਾਰਾਂ ਨੂੰ ਮਿਲ ਕੇ ਕੋਈ ਸਹਾਇਤਾ ਫੰਡ ਇਸ ਕੈਟਾਗਰੀ ਵਾਸਤੇ ਰੱਖਿਆ ਰਾਖਵਾਂ ਰੱਖਣਾ ਚਾਹੀਦਾ। ਸੋ ਵੇਲਾ ਹੈ, ਸੋਚ ਲਵੋ, ਲੰਘਿਆ ਵੇਲਾ ਹੱਥ ਨਹੀਂ ਆਉਣਾ, ਬਾਅਦ 'ਚ ਪਛਤਾਓਗੇ। ਅਤੇ ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਕੁਝ ਚੀਜ਼ਾਂ ਨੂੰ ਜਿਹੜੀ ਤਾਲਾਬੰਦੀ ਤੋਂ ਛੋਟ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਸਕੂਲਾਂ ਦੀਆਂ ਕਿਤਾਬਾਂ, ਮੋਬਾਈਲ ਰੀਚਾਰਜ, ਬ੍ਰੈਡ, ਦੁੱਧ ਸਮੇਤ ਕਈ ਖੇਤਰਾਂ ਦੀਆਂ ਸੇਵਾਵਾਂ ਜਿਹੜੀਆਂ ਬਹਾਲ ਕੀਤੀਆਂ ਨੇ। ਅਤੇ ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਇਹ ਜਿਹੜੀ ਤਾਲਾਬੰਦੀ 'ਚ ਢਿੱਲੇ ਇਹ ਖਤਰਨਾਕ ਸਾਬਤ ਹੋ ਸਕਦੀ ਹੈ। ਕੇਜਰੀਵਾਲ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ, ਦਿੱਲੀ 'ਚ ਉਹਨਾਂ ਨੇ ਕਿਹਾ ਕਿ 1 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ। ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ 1 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਆਖਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਿਸੇ ਨੂੰ ਖਾਣੇ ਦੀ ਕੋਈ ਦਿੱਕਤ ਨਾ ਆਵੇ, ਇਸ ਲਈ ਫੂਡ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਨਵੀਆਂ ਤਾਜ਼ਾ ਖਬਰਾਂ ਵੇਖਣ ਲਈ ਚੈਨਲ ਪਾਈਟਿਕ ਲਾਈਵ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਬਹੁਤ ਬਹੁਤ ਧੰਨਵਾਦ।